अस्सलाम वालेकुम दोस्तों, की हाल चाल? उम्मीद करदा तुसीं सारे ठीक होवोगे। और सब ठीक है? अज जा रहे हैं असीं मंडी बुद्धा, अज मंडी डे। अस्सलाम वालेकुम। की हाल भाई? ठीक हो? अज मंडी डे आ बुद्धा, नाले यार अपना आखिरी अशरा जा रहा रमज़ान का, तो भरा वास्ते भी कोई दुआ दुआ कर दिया करो। नाले वीडियो शीडियो तुसीं सारी देख लेंदे जे, इहनू वीडियो नू लाइक भी करीदा वा, तो चैनल नू सबसक्राइब भी करीदा, सपोर्ट करो भरा दी। हैं तो इंशाल्लाह कोशिश करिया करांगा कि मैं डेली नवा कॉन्टेंट बनावा, तो अच्छा कॉन्टेंट बनावा, नाले डेली वलॉग बनाया करांगा। हुण तो ना मैं अगे भी रूटीन बना रहा, काफ़ी दिनों का डेली बना रहा वलॉग, अगे भी अगर तुसीं भरा दी सपोर्ट करोगे तो इस तरह डेली वलॉग आया करनगे। घरों असीं निकल गए हाँ, तो बस थोड़ी देर तक असीं मंडी पहुँच जाना, अज एक दो होर काम भी ने रस्ते जिहड़े करने आ। असीं जा रहे सी रस्ते सी, मैनूं याद आया बड़ा अरसा हो गया, देख लो आ पैप, इन्होंने करोड़ों रुपया का मनसूबा वा जिहड़ा इन्होंने इदां ही छड्डिया, ये पूरी एक लंबी लाइन आ जिहड़ी इदां दी इदां ही पई आ। आ देखो इत्थे भी पैप पे सारे, ये हुण राणा साहब हार गए ने, ते हारन दा नुकसान ये होया कि उन्हें आ पैप लाइन उत्थे दी उत्थे ही पई रहण दी। यार तुसीं वोट दित्ते आ, ਤੁਸੀਂ ਜੋ ਪੀਟੀਆਈ ਦੇ ਕੈਦੀ ਲੰਮਰ 804 ਦੇ ਯਾਰ ਹੋ, ਤੇ ਤੁਸੀਂ ਉਹਨੂੰ ਬੱਲਾ ਹੋਣ ਕੇ ਪਵਾ ਪੈ ਅਗਲੇ ਰਾਣੇ ਦੇ ਬੱਲੇ ਸੱਚ ਹੱਕ ਸੀਗਾ, ਤਾਂ ਅਗਲੇ ਲੈਣ ਹਕੂਮਤ ਜੋ ਬਾਹਰ ਰਹਿ ਕੇ ਵੀ ਪੈਪ ਲਾਈਨਾਂ ਪਾਉਣ ਲੱਗਾ। ਇਹ ਭਾਜੀ ਜਿਹੜਾ 16 ਮਹੀਨੇ ਉਹਨੇ ਹਕੂਮਤ ਕੀਤੀ ਉਦੋਂ ਦੀਆਂ ਪਈਆਂ ਇੱਥੇ? ਨਹੀਂ 16 ਮਹੀਨੇ ਦੀ ਨਹੀਂ ਪਈਆਂ ਮੇਰਾ ਵੀਰ, ਉਦੋਂ ਦੀ ਹੈ। ਨਾ ਨਾ ਗਲਤ ਗੱਲ ਨਹੀਂ, ਜਦੋਂ ਵਿਚਾਰਾ ਉਤਰਿਆ ਵਾ ਫਿਰ ਉਹਨੇ ਪਵਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਵੋਟ ਨਹੀਂ, ਤੇ ਮੈਂ ਉਹਨੂੰ ਕਿਹਾ ਭਾਈ ਜਾਓ ਘਰ ਪਵੋ, ਜਦੋਂ ਸਾਨੂੰ ਵੋਟ ਦੇਣਗੇ ਤੇ ਪੈਪ ਲਾਈਨਾਂ ਦੇ ਦਾਂਗੇ, ਇਹਨਾਂ ਨੂੰ ਗੈਸਾਂ ਗੈਸ ਵੀ ਦੇਈਏ ਤੇ ਜੁੱਤੀਆਂ ਵੀ ਖਾਈਏ। ਇਹ ਇਦਾਂ ਹੀ ਖੁਸ਼ ਹੈ, ਇਹ ਆਪਣੀ ਬੁੱਢੀਆਂ ਕੋਲ ਹੁਣ ਆਪ ਜੁੱਤੀਆਂ ਖਾਂਦੀ ਪਈ ਵਾ, ਗੈਸ ਨਹੀਂ ਹੋਊਗਾ, ਬੁੱਢੀਆਂ ਵੀ ਲੜਨਗੀਆਂ ਇਹਨਾਂ ਦੀਆਂ। ਤੇ ਗੈਸ ਆਉਂਦੀ ਵੀ ਹੈ ਜਿਹੜੀ, ਤੇ ਉਹਦਾ ਕੀ ਫਾਇਦਾ ਆਵਾਮ ਨੂੰ? ਆਪਣਾ ਦਿਹਾੜੀ 'ਚ 24 ਘੰਟਿਆਂ 16 ਘੰਟੇ ਬੰਦ ਰਹਿੰਦੀ ਹੈ ਅੱਲਾ ਦੀ ਮਿਹਰਬਾਨੀ ਨਾਲ। ਉਹ ਭਰਾਵਾ ਉਹ ਜਿਹੜੀ ਜਿਹੜੀ 4 ਘੰਟੇ ਆਉਂਦੀ, ਉਸ 4 ਘੰਟੇ ਗੈਸ ਆਉਣ ਦਾ ਬਿੱਲ 7000 8000 10000 ਕਮ ਅਜ਼ ਕਮ 4000 ਰੁਪਇਆ ਬਿੱਲ ਆਉਂਦਿਆ, ਇਹਦੇ ਨਾਲ ਤਾਂ ਲੋਕੀ ਸਿਲੰਡਰ ਬਾਲ ਲਿਆ ਕਰਨ, ਉਹ ਚੰਗੇ। ਇੱਦਾਂ ਮੈਂ ਕਿ ਤੁਹਾਨੂੰ ਨਾ ਉਹਨਾਂ ਲੋਕਾਂ ਦੀ ਕਦਰ ਨਹੀਂ ਜਿਹੜੇ ਲੋਕ ਤੁਹਾਡਾ ਕੰਮ ਕਰਾਉਂਦੇ ਆ, ਤੁਹਾਨੂੰ ਉਹਨਾਂ ਦੇ ਲੋਕਾਂ ਦੀ ਕਦਰ ਆ ਜਿਹੜੇ ਬਸ ਤੁਹਾਨੂੰ ਹੈ ਨਾ ਉੱਥੇ ਟਿਕਟੋਕ ਬਣਾ ਕੇ ਤੁਹਾਨੂੰ ਦਿਖਾਈ ਜਾਂਦੇ, ਤੇ ਟਿਕਟੋਕ 'ਚ ਖੁਸ਼ ਹੋ ਵਾਂ ਯਾਰ। ਇਹ ਪਹਿਲੀ ਆਵਾਮ ਆ ਪਾਕਿਸਤਾਨੀ ਜਿਹੜੇ ਟਿਕਟੋਕ 'ਤੇ ਖੁਸ਼ ਆ, ਉਹ ਜਿਨ੍ਹਾਂ ਨੇ ਇੰਨਾ ਕੁਝ ਕੰਮ ਕਰਾਤਾ ਉਹਨਾਂ ਦੀ ਕਦਰ ਹੀ ਕੋਈ ਨਹੀਂ ਪਾਈ ਹੋਈ ਇਹਨਾਂ ਨੇ। ਇਹਨੂੰ ਕੰਮ ਕਰਾਉਣਾ ਕਹਿੰਦੇ ਆ? ਜੋ ਹੋਰ ਕੀ ਆ, ਰੋਡ ਕਿੰਨੇ ਬਣਾਏ, ਰੋਡ ਕਿੰਨਾ, ਤੇ ਜਿੱਦਾਂ ਦੀ ਮਰ ਕੇ ਮੈਨੂੰ ਆਵਾਜ਼ ਆਈ ਆ ਕਿੱਦਾਂ ਸਫਾਈਆਂ ਹੋਈਆਂ ਪਈਆਂ ਵਾ, ਕਿੱਦਾਂ ਰੋਡ ਬਣਦੇ ਪਏ, ਹਰ ਚੀਜ਼ ਬਣਦੀ ਪਈ ਆ। ਤੇ ਜਦੋਂ ਦਾ ਭਾਈ ਹੋਣੀ ਸੀਗੇ ਉਹ ਜਿਹੜਾ ਸੀਗਾ ਗੁਸਦਾਰ, ਉਹਨੂੰ ਉਹ ਆਪਣੇ ਘਰ ਦਾ ਰੋਡ ਨਹੀਂ ਸਹੀ ਕਰਾ ਸਕਿਆ, ਫੇਰ ਵੀ ਯਾਰ ਕਦਰ ਕਰਿਆ ਕਰੋ, ਕੰਮ ਵਾਲੇ ਦੀ ਕਦਰ ਕਰਾ, ਪਿਛਾ ਦੀ ਵੋਟ ਨਾ ਦਿਓ ਮਗਰ ਮੰਨੋ ਸੀ। ਮੰਡੀ ਦੇ ਗੇਟ 'ਤੇ ਅਸੀਂ ਪਹੁੰਚ ਆਏ ਹਾਂ, ਅੱਜ ਤਾਂ ਭਾਈ ਸ਼ਬੀਰ ਨੂੰ ਫੋਨ 'ਤੇ ਫੋਨ ਫੋਨ 'ਤੇ ਫੋਨ ਕਰਨ ਦੇ ਬੰਦੇ ਕਿੱਥੇ ਰਹਿ ਗਏ, ਆ ਜਾਓ ਅੱਜ ਕੰਮ ਲੱਗਦਾ ਠੀਕ ਜਾ ਰਿਹਾ, ਗੱਡੀਆਂ ਛੱਡੀਆਂ ਵੀ ਨਿਕਲ ਰਹੀਆਂ ਨੇ, ਲੱਗਦਾ ਕੰਮ ਬਿਹਤਰ ਹੋ ਗਿਆ ਕਿਉਂਕਿ ਹੁਣ ਈਦ ਲੱਗ ਕੇ ਆ ਗਈ ਹੈ ਨਾ, ਈਦ ਦੇ ਦਿਨਾਂ 'ਚ ਫਿਰ ਕੰਮ ਠੀਕ ਹੋ ਜਾਂਦਾ, ਲੋਕਾਂ ਨੇ ਹੁਣ ਜਾਨਵਰ ਖੜਨੇ ਆ ਕਰ ਕਰਕੇ, ਮੁੜ ਕੇ ਗੋਸ਼ਤ ਲੋਕਾਂ ਨੇ ਇਕੱਠਾ ਕਰ ਲੈਣਾ ਨਿੱਕੀ ਈਦ 'ਤੇ ਆਪਣੇ ਫਰਿੱਜਾਂ 'ਚ, ਵੱਡੀ ਈਦ 'ਤੇ ਵੀ ਲੋਕ ਕਰਦੇ ਨੇ ਪਰ ਨਿੱਕੀ ਈਦ 'ਤੇ ਵੀ ਲੋਕ ਬਣਾ ਬਥੇਰਾ ਗੋਸ਼ਤ ਇਕੱਠਾ ਕਰ ਲੈਂਦੇ ਆ। ਕੰਮ ਮਾਸ਼ਾਅੱਲਾ ਠੀਕ ਆ, ਲੋਕ ਜਾਣ ਲੱਗ ਪਏ ਨੇ ਆਪਣਾ ਜਾਨਵਰ ਵੇਚ ਵੂਚ ਕੇ ਨਾ ਨਿਕਲਣ ਦੇ ਨੇ। ਮੰਡੀ 'ਤੇ ਪਹੁੰਚ ਆਏ ਹਾਂ ਪਰ ਪਤਾ ਤਾਂ ਇੱਥੇ ਆ ਕੇ ਲੱਗਾ ਕਿ ਜਿਹੜੀ ਗਰਮੀ ਇੱਥੇ ਆ ਨਾ, ਬਹੁਤ ਗਰਮੀ ਆ, ਓਏ ਹੋਏ ਹੋਏ ਹੋਏ, ਚੰਗੀ ਕੜਕ ਦੀ ਧੁੱਪ ਲੱਗੀ ਹੋਈ ਹੈ। ਜਾਨਵਰ ਦੇਖੋ ਮਾਸ਼ਾਅੱਲਾ ਖੜ੍ਹੇ, ਆਹ ਦੇਖੋ ਆਹ, ਮੈਂ ਤੁਹਾਨੂੰ ਬੱਕਰਾ ਦਿਖਾਉਂਦਾ, ਦੇਖੋ ਮਾਸ਼ਾਅੱਲਾ ਕਿੱਡਾ ਪਿਆਰਾ। ਇਹ ਤਾਂ ਹੁਣ ਪਤਾ ਨਹੀਂ ਕੀ ਮੰਗਦਾ ਪਰ ਹੈ ਮਾਸ਼ਾਅੱਲਾ ਬਹੁਤ ਪਿਆਰਾ। ਆ ਜੋੜੀਆਂ ਖਲੋਤੀਆਂ, ਇੱਕ ਦੋ ਆ ਤਿੰਨ, ਉਹ ਬੜੇ ਵੀ ਭਾਈ ਲੈ ਖੜੇ ਨੇ, ਆਹ ਦੇਖੋ ਮਾਸ਼ਾਅੱਲਾ। ਅੱਜ ਤੁਸੀਂ ਦੇਖਣ ਦਿਓ ਮੰਡੀ 'ਚ ਰਸ਼ ਵੀ ਆ, ਖਾਲੀ ਵਪਾਰੀ ਨਹੀਂ, ਲੋਕ ਵੀ ਲੈਣ ਦੇਣ ਹੋ ਰਹੀ ਆ, ਲੋਕ ਆਪ ਵੀ ਆਏ ਵਾਹਵਾ ਸਾਰੇ। ਅੱਜ ਕੰਮ ਮਾਸ਼ਾਅੱਲਾ ਠੀਕ ਆ, ਬਸ ਤੁਸੀਂ ਕੋਈ ਕੋਈ ਦੁਆ ਕੀਤੀ, ਮੈਨੂੰ ਲੱਗਦਾ ਉਹ ਕੰਮ ਕਰ ਗਈ ਹੈ। ਜਾਨਵਰ ਤਾਂ ਮਾਸ਼ਾਅੱਲਾ ਬੜਾ ਬੜਾ ਪਿਆਰਾ ਆਇਆ ਖਲੋਤਾ, ਬਹੁਤ ਬਹੁਤ ਪਿਆਰਾ ਜਾਨਵਰ ਆਇਆ। ਪਿਛਲੇ ਹਫ਼ਤੇ ਵੀ ਮੈਂ ਆਇਆ ਸੀ ਉਹ ਸੂਰਤ ਹਾਲ, ਤੁਹਾਨੂੰ ਪਤਾ ਹੀ ਸੀਗੀ, ਪਰ ਜਿਹੜੀ ਇਸ ਹਫ਼ਤੇ ਸੂਰਤ ਹਾਲ ਇਹ ਹਿਸਾਬ ਆ ਕਿ ਐਤਕੀ ਰੇਟ
ਵਪਾਰੀ ਦਾ ਵਾ ਤੇ ਭਾਰੂ ਵੀ ਵਪਾਰੀ ਦਾ। ਪਿਛਲੇ ਹਫ਼ਤੇ ਇੱਦਾਂ ਸੀਗਾ ਕਿ ਰੇਟ ਗਾਹਕ ਦਾ ਸੀਗਾ ਤੇ ਭਾਰੂ ਵਪਾਰੀ ਦਾ ਸੀਗਾ। ਹੁਣ ਭਾਈ ਅਗਲੇ ਹੱਥ ਨਹੀਂ ਲਾਣ ਦਿੰਦੇ, ਇੰਨਾ ਰਸ਼ ਆ, ਲੋਕਾਂ ਨੇ ਸੁਬਹਾ ਦੇ 20-30 40-40 ਜਾਨਵਰ ਵੇਚ ਲਏ ਆ। ਰਸ਼ ਹੈ ਅੱਜ ਕਿਉਂਕਿ ਈਦ ਹੁਣ ਆ ਗਈ ਆ ਸਿਰ 'ਤੇ, ਲੋਕ ਇਕੱਠੇ ਹੋਏ ਆਲੇ ਦੁਆਲੇ ਨਾ, ਚੰਗਾ ਰਸ਼ ਪਿਆ। ਗਰਮੀ ਬੜੀ ਆ ਭਾਈ, ਸ਼ਬੀਰ ਤੇ ਫਿਰਨ ਦਿਆ ਅੰਦਰ ਭਾਈ, ਮੈਂ ਤੇ ਬਹਿ ਗਿਆ, ਬਹਿ ਕੇ ਗਿਆ ਇੱਥੇ ਛਾਂ 'ਚ ਖਲੋ ਗਿਆ ਆ ਕੇ। ਆਹ ਭਾਈ ਹੁਣਾਂ ਨੇ ਰੇੜੀ ਲਾਈ, ਇਹਦੇ ਉੱਤੇ ਆ ਲਾਈ ਛਤਰਾ, ਇਹਦੇ ਥੱਲੇ ਛਾਂ ਵਾ, ਮੈਂ ਤੇ ਖਲੋ ਗਿਆ ਆ ਕੇ ਆਰਾਮ ਨਾਲ ਇਹਦੇ ਥੱਲੇ। ਮੈਂ ਕਿਹਾ ਰੋਜ਼ਾ ਵਾ, ਇਹ ਨਿਭਣਾ ਬੜਾ ਔਖਾ ਮੁੜ ਕੇ ਜੇ ਇੱਦਾਂ ਹੀ ਫਿਰਦਾ ਰਿਹਾ ਅੰਦਰ। ਮਾਸ਼ਾਅੱਲਾ ਇੱਥੇ ਖੜਾ ਖੜਾ ਨਾ ਮੈਨੂੰ ਇੱਕ ਬੱਕਰਾ ਨਜ਼ਰ ਆਇਆ, ਬੜਾ ਹੀ ਪਿਆਰਾ ਆ ਦੇਖੋ, ਫੁੱਲ ਚਿੱਟੇ ਰੰਗ 'ਚ ਆ ਬੱਕਰਾ ਵਾ ਅਤੇ ਹੈ ਵੀ ਬੜਾ ਪਿਆਰਾ, ਚੈੱਕ ਕਰ ਰਹੇ ਹੋ। ਇੱਦਾਂ ਦੇ ਹੋਰ ਵੀ ਬੜੇ ਜਾਨਵਰ ਆਏ ਖਲੋਤੇ ਆ, ਐਤਕੀ ਵਿਕੀ ਜਾਣਦੇ ਨੇ, ਵਿਕੀ ਜਾਣਦੇ ਨੇ, ਕਸਾਈ ਲਈ ਜਾਣਦੇ ਆ। ਮੰਡੀ 'ਚੋਂ ਹੋ ਗਏ ਅਸੀਂ ਫਾਰਗ, ਹੁਣ ਅਸੀਂ ਚੱਲੇ ਹਾਂ ਵਾਪਸ, ਅਤੇ ਜਾਂਦੇ ਹਾਂ ਗੱਡੀ ਦਾ ਥੋੜ੍ਹਾ ਜਿਹਾ ਕੰਮ ਕਰਾਉਣਾ ਵਾ, ਕਿਉਂਕਿ ਹੁਣ ਅੱਗੋਂ ਅਸੀਂ ਜੁਮੇ ਵਾਲੇ ਦਿਨ ਜਾਣਾ ਇੱਕ ਜਗ੍ਹਾ 'ਤੇ ਦੂਰ ਥੋੜ੍ਹਾ ਜਿਹਾ। ਅਤੇ ਕੁੱਲ ਮੰਡੀ ਦੀ ਸੂਰਤ ਹਾਲ ਇਹ ਸੀ ਕਿ ਅੱਜ ਕੰਮ ਠੀਕ ਸੀਗਾ, ਪਿਛਲੇ ਬੁੱਧ ਵੀ ਆਏ ਸੀਗੇ ਹਫ਼ਤਾ, ਅਤੇ ਬੁੱਧ 2 ਦਿਨ ਮੰਡੀ ਲੱਗਦੀ ਆ, ਪਿਛਲੇ ਬੁੱਧ ਬਹੁਤ ਮੰਦਾ ਸੀਗਾ, ਹਫ਼ਤੇ ਦਾ ਦਿਨ ਥੋੜ੍ਹਾ ਜਿਹਾ ਠੀਕ ਹੋਇਆ, ਪਿਛਲਾ ਹਫ਼ਤਾ ਜਿਹੜਾ ਨਾ ਗਿਆ ਆਹ ਬੁੱਧ ਆਇਆ, ਕੰਮ ਬਹੁਤ ਚੰਗਾ ਸੀ ਅੱਜ, ਵਪਾਰੀ ਸਾਰੇ ਖੁਸ਼ ਨੇ, ਮੈਂ ਜਾਨਵਰ ਵਿਕਿਆ ਉਹਨਾਂ ਦਾ ਖੁਸ਼ ਨੇ, ਨਹੀਂ ਵਿਕਦਾ ਖਲੋਤਾ ਰਹਿੰਦਾ ਵਾ, 1 ਲੱਖ ਰੁਪਈਆਂ ਦੇ ਜਾਨਵਰ ਲੈ ਕੇ ਆਉਂਦੇ ਆ, ਉੱਥੋਂ ਖਲੋਤੇ ਰਹਿੰਦੇ ਆ, ਫਿਰ ਰੋਜ਼ ਉਹਨਾਂ ਦੇ ਖਰਚੇ ਹੁੰਦੇ ਆ, ਫਿਰ ਜਿੰਨੀ ਗਰਮੀ ਹੁਣ ਹੋ ਗਈ ਆ ਅੱਗੋਂ ਜਾਨਵਰ ਬਿਮਾਰ ਵੀ ਹੋਣ ਲੱਗ ਪੈਂਦੇ ਆ। ਖਲੋਤਿਆਂ ਖਲੋਤਿਆਂ ਮੈਨੂੰ ਇੱਕ ਬੱਕਰਾ ਨਜ਼ਰ ਆਇਆ, ਤੁਹਾਨੂੰ ਮੈਂ ਉਹਦੀ ਵੀਡੀਓ ਦਿਖਾਉਂਦਾ ਯਾਰ, ਬੜਾ ਪਿਆਰਾ ਹੈ। ਅਤੇ ਗੱਡੀ 'ਚ ਬਹਿ ਗਿਆ ਸੀ ਮੈਂ, ਗੱਡੀ 'ਚ ਬਹਿਣ ਤੋਂ ਬਾਅਦ ਆਹ ਦੇਖੋ ਜ਼ਰਾ, ਆਹ ਦੇਖੋ ਬੈਠੀ ਜੋੜੀ, ਬੜੇ ਬੜੇ ਮਹਿੰਗੇ ਜਾਨਵਰ ਲੋਕ ਲੈ ਕੇ ਆਉਂਦੇ ਨੇ ਵੇਚਣ। ਬੱਕਰ ਮੰਡੀ 'ਚੋਂ ਨਿਕਲੇ ਹਾਂ ਅਤੇ ਸਬਜ਼ੀ ਮੰਡੀ ਆ ਗਏ ਹਾਂ। ਸ਼ਬਾਸ਼ ਸ਼ਰੀਫ ਪਾਰਕ ਦੱਸਣਾ ਤੇ ਬਹੁਤ ਜ਼ਰੂਰੀ ਆ, ਇਸੇ ਤਰ੍ਹਾਂ ਹੀ ਹੈ, ਇਸੇ ਤਰ੍ਹਾਂ ਹੀ, ਸਹੀ ਗੱਲ ਹੈ। ਮਰੀਮ ਨਵਾਜ਼ ਦੀ ਬਿਸਮਿਲ੍ਲਾਹ ਬਦੀ ਤਸਵੀਰ ਲੱਗੀ ਹੈ, ਥੋੜੀਆਂ ਸਬਜ਼ੀਆਂ ਲੈਣੀਆਂ ਨੇ ਇੱਥੋਂ, ਸਬਜ਼ੀਆਂ ਸੁਬਜ਼ੀਆਂ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਗੱਡੀ ਦਾ ਕੰਮ ਵੀ ਕਰਾਉਣਾ ਅਜੇ, ਅਤੇ ਉੱਤੋਂ ਗਰਮੀ ਬਹੁਤ ਹੀ ਆ, ਅੱਜ ਅਖੀਰ ਹੋਈ ਖਲੋਤੀ ਆ। ਠੀਕ ਆ, ਇੱਥੋਂ ਸਬਜ਼ੀਆਂ ਸੁਬਜ਼ੀਆਂ ਲੈ ਲਈਏ, ਲੈ ਕੇ ਨਿਕਲੀਏ ਅੱਜ ਟਾਈਮ ਨਾਲ, ਫਾਰਗ ਹੋਇਆ ਨਹੀਂ ਜਾਣਾ ਮੈਨੂੰ ਲੱਗਦਾ, ਤਾਂ ਇੱਦਾਂ ਹੀ ਆ, ਸਲਾਹ ਤਾਂ ਇਹ ਸੀ ਕਿ ਜੇ ਹੋ ਜਾਂਦੇ ਟਾਈਮ ਨਾਲ ਫਾਰਗ, ਪਰ ਨਹੀਂ। ਸ਼ੋਪਿੰਗ ਹੋ ਗਈ, ਆਲੂ ਪਿਆਜ਼ ਆ ਰਹਿਤਾ, ਬਾਕੀ ਸਬਜ਼ੀਆਂ ਸੁਬਜ਼ੀਆਂ ਆ ਇਕੱਠੀਆਂ ਕੀਤੀਆਂ ਨੇ। ਲਓ ਜੀ, ਸ਼ਬਾਸ਼ ਸ਼ਰੀਫ ਸਕੀਮ ਦੇ ਨਾਲ ਭਾਈ ਸ਼ਬੀਰ ਨੇ ਭਰ ਲਈ ਗੱਡੀ, ਹੁਣ ਬਸ ਨਿਕਲਣ ਦੀ ਵਾਰੀ ਆ, ਇੰਨਾ ਕੁ ਬਹੁਤ ਹੁੰਦਾ। ਸਬਜ਼ੀ ਮੰਡੀਓਂ ਹੋ ਕੇ ਨਿਕਲ ਆਏ ਹਾਂ ਅਸੀਂ ਸ਼ਬਾਸ਼ ਸ਼ਰੀਫ ਪਾਰਕ ਯਾਰ। ਅੱਛਾ ਜੀ, ਸ਼ਬਾਸ਼ ਸ਼ਰੀਫ ਪਾਰਕ 'ਚ ਹੋ ਕੇ ਨਿਕਲ ਆਏ ਹਾਂ ਰਸਤੇ 'ਚ, ਅਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਮੈਂ ਹਿਸਾਬ ਲਾਇਆ ਇੱਥੇ ਵਾਕਈ ਰੇਟ ਸਸਤੇ ਨੇ ਸਬਜ਼ੀਆਂ ਦੇ। ਨਹੀਂ, ਜਿਹੜੀ ਚੀਜ਼ ਮੰਨਣ ਵਾਲੀ ਉਹ ਤੇ ਮੰਨਦੇ ਆ ਯਾਰ, ਸਬਜ਼ੀ ਸਸਤੀ ਆ ਬਾਹਰ ਰੋਡ ਨਾਲੋਂ, ਆ ਰੇਹੜੀਆਂ ਵਾਲੇ ਬੰਦਿਆਂ ਦੀ ਛਿੱਲ ਲਾ ਦਿੰਦੇ ਨੇ, ਬਹੁਤ 2 ਨੰਬਰੀ ਕਰਦੇ ਨੇ, ਬਹੁਤ ਰੁਪਈਏ ਇਹਨਾਂ ਲੋਕਾਂ ਦੀ ਜੇਬਾਂ 'ਚ ਕਢਾਉਂਦੇ ਨੇ, ਫਰੂਟ ਵਾਲੇ, ਆਪਣਾ ਕਰਿਆਨੇ ਸਟੋਰਾਂ ਵਾਲੇ, ਇਹ ਵਾਕਈ ਪੈਸੇ ਜ਼ਿਆਦਾ ਲੈਂਦੇ, ਇੱਥੇ ਸਬਜ਼ੀ ਸਸਤੀ ਆ। PSO ਵਾਲਿਆਂ ਦੇ ਫੱਟੇ 'ਤੇ ਚਾੜਦੀ ਹੈ, ਇੰਜਨ ਓਇਲ ਚੇਂਜ ਕਰਾਉਣਾ, ਇਸ ਤੋਂ ਬਾਅਦ ਸਰਵਿਸ ਕਰਾਉਣੀ ਆ। ਹੁਣ ਗਰਮੀ ਬੜੀ ਆ, ਮੈਂ ਭਾਈ ਸ਼ਬੀਰ ਨੂੰ ਕਹਿੰਦੇ ਆਪਾਂ ਇਸ ਤੋਂ ਬਾਅਦ ਚੱਲੀਏ ਘਰ, ਇਹਦਾ ਇੰਜਨ ਓਇਲ ਚੇਂਜ ਕਰਾ ਲਓ ਬਸ, ਉਹ ਫਰਿੱਜ ਵੀ ਮੈਂ ਦਿੱਤੀ ਸਹੀ ਕਰਨ, ਜਾਂਦੇ ਹਾਂ ਉਹਨੂੰ ਵੀ ਮਿਲਣਾ, ਸਟਾਰ ਨੂੰ ਵੀ ਹੁਣ ਜਾਂਦੇ ਹਾਂ, ਸਟਾਰ ਨੂੰ ਮਿਲਦੇ ਹਾਂ, ਸਰਵਿਸ ਇਹਦੀ ਕੱਲ੍ਹ 'ਤੇ ਪਾਵਾਂਗੇ। ਫਿਲਟਰ ਚੇਂਜ ਕਰਾ ਲਿਆ, ਇੰਜਨ ਓਇਲ ਚੇਂਜ ਕਰਾ ਲਿਆ, ਉਹਦੀ ਵਜ੍ਹਾ ਹੈ ਕਿ ਅਸੀਂ ਜਾਣਾ ਇੱਕ ਲੰਬੇ ਸਫ਼ਰ 'ਤੇ ਟਰੰਡੇ, ਜੁਮੇ ਵਾਲੇ ਦਿਨ ਨਿਕਲਣਾ, ਅਤੇ ਇਹ ਕੰਮ ਮਾਸ਼ਾਅੱਲਾ ਹੋ ਗਿਆ ਵਾ। ਹੁਣ ਇੱਥੋਂ ਜਾਣਾ ਮਲਕ ਦੇ ਕੋਲ, ਉਸਤਾਦ ਮੇਰੇ ਕੋਲ, ਉਹਨੂੰ ਜਾ ਕੇ ਪੁੱਛਣਾ ਫਰਿੱਜ ਦਾ, ਉਸਤਾਦ ਨੂੰ ਹੁਣ ਫਰਿੱਜ ਦਾ ਤਾਂ ਪਤਾ ਲੈ ਲਈਏ, ਅਤੇ ਉਸ ਤੋਂ ਬਾਅਦ ਸਿੱਧੇ ਘਰ। ਉਸਤਾਦ ਕੋ ਆਇਆ ਦੁਕਾਨ 'ਤੇ, ਅਤੇ ਉਸਤਾਦ ਦੇ ਕੰਮ ਚੈੱਕ ਕਰੋ,
ਫਰਿੱਜ ਲਾ ਕੇ ਤੇ ਉਹਦੇ ਉੱਤੇ ਦੋ ਫਰਿੱਜਾਂ ਲਾ ਦਿੱਤੀਆਂ। ਉਸਤਾਦ ਨੇ ਕੰਮ ਲੰਬਾ ਹੀ ਪਾ ਦਿੱਤਾ। ਆਹ ਉਸਤਾਦ ਮੇਰੇ ਦਾ ਸ਼ਗੀਰਦ, ਆਹ ਭਰਾ ਮੇਰਾ ਵੀ ਤੇ ਉਸਤਾਦ ਦਾ ਵੀ। ਉਸਤਾਦ ਨੇ ਕੰਮ ਲੰਬਾ ਕਰਤਾ ਵਾ, ਹੁਣ ਆਹ ਪਤਾ ਨਹੀਂ ਕਿੱਥੇ ਆ। ਮੈਂ ਉਸਤਾਦ ਨੂੰ ਕਹਿਣਾ ਆਹ ਫਰਿੱਜ ਕਰ ਦੇ ਮੈਨੂੰ, ਆੜੀ ਅੱਗੇ ਲੱਗੀ। ਆਹ ਕਿਹਦੀ ਆ? ਦੇਖੀ ਕਿੰਨੇ ਦੀ ਵੇਚੀ? ਕਹਿੰਦਾ ਸ਼ਗੀਰਦ ਖਾਸ ਕਹਿੰਦਾ ਵੇਚਦੀ ਆ। ਮੈਂ ਉਸਤਾਦ ਨੂੰ ਕਹਿੰਦਾ ਇਹ ਨਹੀਂ ਵੇਚਣੀ ਐ ਚਕਾ ਮੈਨੂੰ। ਉਸਤਾਦ ਮੇਰਾ ਕੰਮ ਇੱਦਾਂ ਹੀ ਕਰਦਾ ਵਾ, ਆਪਣੇ ਕੰਮ ਲੁਕਾ ਛੱਡਦਾ ਵਾ, ਲਮਕਾ ਛੱਡਦਾ, ਲੋਕਾਂ ਦੇ ਕਰੀ ਜਾਂਦਾ। ਆ ਲੈਣ ਤੋਂ ਤੇਰਾ ਉਸਤਾਦ ਨਹੀਂ ਆਪਣੇ ਮਾਲ ਸ਼ੁਰੂ ਹੋ ਜਾਣਾ ਕੱਲ ਨੂੰ। ਉਸਤਾਦ ਕੱਲ ਨੂੰ ਲਾਜ਼ਮੀ ਕਹਿੰਦਾ ਮੈਂ ਫਰਿੱਜ ਭੇਜਾਂਗਾ। ਜਾਣਾ ਤੇ ਘਰ ਹੀ ਸੀਗਾ, ਭਾਈ ਦਰੇਸ਼ ਦਾ ਫੋਨ ਆਇਆ ਕਿ ਯਾਰ ਅੱਜ ਨਾ ਅਫਤਾਰੀ 'ਚ ਸਮੋਸੇ ਵੀ ਦੇਣੇ ਆ ਨਾਲ। ਅਸੀਂ ਹੁਣ ਆ ਗਏ ਹਾਂ ਰਸਤੇ 'ਚ, ਉਹ ਪਿੱਛੇ ਸਮੋਸਿਆਂ ਵਾਲਾ ਭਾਈ ਸ਼ਬੀਰ ਚਲਾ ਗਿਆ, ਉਹਨੂੰ ਆਰਡਰ ਦੇਣ। ਇਹਨਾਂ ਤੋਂ ਜਾਣ ਨਾਲ ਹੀ ਹੈ ਅਤੇ ਸਮੋਸਿਆਂ ਦਾ ਵੀ ਕਹਿ ਲਈਏ। ਉੱਤੋਂ ਸਾਡਾ ਨਾਈ ਅੱਜ ਭੱਜ ਗਿਆ, ਜਿਹੜਾ ਡੇਲੀ ਦੋ ਦੇਗਾਂ ਪਕਾਉਂਦਾ ਵਾ। ਉਹ ਭਾਈ ਅੱਜ ਕਿਤੇ ਸ਼ਹਿਰੋਂ ਬਾਹਰ ਚਲਾ ਗਿਆ ਵਾ। ਉਹਨੇ ਕਿਹਾ ਤਾ ਕਿ ਭਾਈ ਤੁਸੀਂ ਨਾਈ ਕੋਈ ਨਵਾਂ ਲੱਭ ਲਓ, ਨਾਈ ਵੀ ਹੁਣ ਲੱਭਣਾ ਕੋਈ ਟਾਈਮ ਨਾਲ। ਉੱਤੋਂ ਅਸੀਂ ਸੁਬਾਹ ਦੇ ਥੱਕੇ ਹਾਂ, ਰੋਜ਼ੇ ਨੇ ਵੀ ਬੱਸ ਕੀਤੀ ਪਈ ਆ, ਗਰਮੀ ਵੀ ਬੜੀ ਆ, ਸਾਰਾ ਕੁਛ ਤਾਂ ਠੀਕ ਆ। ਆਹ ਬੰਦਾ ਕਿ ਖਲੋਤਾ ਵੇਖ ਲਓ, ਪੂਰਾ ਰੁਪਈਆ 90,000 ਅਤੇ ਮੁੱਢ 'ਤੇ ਆਉਣਾ ਜਿਹੜਾ ਹਰ ਮਹੀਨੇ ਕਮਾਉਂਦਾ ਵਾ, ਕਿਉਂਕਿ ਡੇਲੀ ਜਿਹੜੇ ਰੁਪਈਏ ਕਮਾਉਂਦਾ ਨਾ ਇੱਥੋਂ, ਉਹ ਭਾਈ ਸ਼ਬੀਰ ਨੂੰ ਜਮ੍ਹਾਂ ਕਰਾ ਦਿੰਦਾ ਮਹੀਨੇ ਬਾਅਦ, ਉਹਦੇ ਕੋਲ ਲੈਂਦਾ ਇਕੱਠੇ ਜਾਂ ਹਫ਼ਤੇ ਬਾਅਦ ਇਕੱਠੇ ਲੈ ਲੈਂਦਾ। ਡੇਲੀ ਇਹਨੇ ਕਿੱਥੇ ਕਮਾਈ ਜਾਣੇ ਆ, ਜਮ੍ਹਾਂ ਕਰੀ ਜਾਣੇ ਆ, ਸ਼ਾਮ ਨੂੰ ਭਾਈ ਸ਼ਬੀਰ ਨੂੰ ਫੜਾ ਜਾਣੇ ਕਿ ਭਾਅ ਜੀ ਆ ਰੱਖ ਲਓ, ਮੈਂ ਤੁਹਾਡੇ ਕੋਲ ਲੈ ਲਵਾਂਗਾ। ਮਸਜਿਦ ਅਸੀਂ ਆ ਗਏ ਹਾਂ ਜੀ, ਮਸਜਿਦ ਦੀ ਛੱਤ 'ਤੇ ਖੜ੍ਹੇ ਹਾਂ। ਆਹ ਹਾਜੀ ਸਾਹਿਬ ਆਪਣੇ ਪਿੰਡ ਗਏ ਸੀ ਅੱਜ ਮੁੜੇ, ਹਾਜੀ ਸਾਹਿਬ ਕੋਲ ਕੰਮ ਕਰਾ ਰਹੇ ਸੀਗੇ ਘਰ ਦਾ, ਇਹ ਸਾਡਾ ਵੀ ਛੱਡ ਕੇ ਨਿਕਲ ਗਏ। ਹਾਜੀ ਸਾਹਿਬ ਸੁਣਾਓ ਕਿੱਦਾਂ, ਸਿਹਤ ਵੀ ਠੀਕ ਹੈ? ਫਰਕ ਕੁਛ ਆ, ਪਲਸਤਰ ਦਾ ਕੰਮ ਹੋ ਰਿਹਾ ਮਨਾਰ ਦਾ। ਮਨਾਰ ਦਾ ਕੰਮ ਹੋ ਰਿਹਾ, ਕੰਮ ਤਾਂ ਬਹੁਤ ਲੰਬਾ ਚੌੜਾ ਹਜੇ ਪਿਆ ਵਾ, ਅਤੇ ਥੋੜ੍ਹਾ ਜਿਹਾ ਹੀ ਹੈ ਮਤਲਬ ਕਿ ਆਹ ਜਿਹੜਾ ਜ਼ਰੂਰੀ ਕੰਮ ਉਹ ਕਰਾ ਰਹੇ, ਉਹਦਾ ਕੰਮ ਹਜੇ ਬੜਾ ਪਿਆ, ਅੱਲਾ ਖੈਰ ਕਰੇ ਹੌਲੀ ਹੌਲੀ ਹੋ ਹੀ ਜਾਣਾ। ਸਾਰਾ ਦਿਨ ਤੋਂ ਬਾਅਦ ਅਸੀਂ ਆ ਗਏ ਹਾਂ ਹੁਣ ਘਰ, ਹੁਣ ਆਪਣੀਆਂ ਆਪਣੀਆਂ ਸਬਜ਼ੀਆਂ ਵੰਡ ਲਈਏ, ਵੰਡ ਕੇ ਆਪਣੇ ਆਪਣੇ ਘਰੋਂ ਲੈ ਚਲੀਏ। ਅੱਜ ਇਫਤਾਰੀ ਅਸੀਂ ਘਰ ਹੀ ਕਰਨੀ, ਮਸਜਿਦ 'ਚ ਨਹੀਂ ਜਾਣਾ ਹੈ ਅੱਜ ਵਾਸਤੇ, ਬਸ ਇੰਨਾ ਹੀ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਆਪਣੇ ਕਿਸੇ ਨਾ ਕਿਸੇ ਦੋਸਤ ਨਾਲ ਸ਼ੇਅਰ ਕਰ ਦਿਉ। ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼। ਰੱਖ ਮਸਜਿਦ ਦੇ ਟਮਾਟਰ, ਫੜ ਮਸਜਿਦ ਦੇ ਟਮਾਟਰ ਰੱਖ, ਮਸਜਿਦ ਦਾ ਪਿਆ ਹੋਗਾ, ਮਸਜਿਦ ਦੀਆਂ ਮਿਰਚਾਂ ਆਲੂ ਪਿਆਜ਼ ਵੀ ਮਸਜਿਦ ਦੇ, ਸਹੀ ਚਲੋ।